ਮੈਨਿਊ ਐਂਡ ਐਂਡ ਪੁਆਇੰਟਸ ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ। ਇਸ ਟਿਊਟੋਰੀਅਲ ਵਿੱਚ ਅਸੀਂ URL ਪੈਟਰਨਸ ਸੈੱਟ ਕਰਨਾ ਸਿੱਖਾਂਗੇ। ਅਸੀਂ ਮੈਨਿਊ ਮੈਨੇਜਮੈਂਟ ਦੇ ਬਾਰੇ ਵਿੱਚ ਵੀ ਸਿੱਖਾਂਗੇ। ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ Ubuntu Linux ਆਪਰੇਟਿੰਗ ਸਿਸਟਮ Drupal 8 ਅਤੇ Firefox ਵੈਬ ਬਰਾਊਜ਼ਰ। ਤੁਸੀਂ ਆਪਣੇ ਪਸੰਦ ਦੇ ਕਿਸੇ ਵੀ ਵੈਬ ਬਰਾਊਜ਼ਰ ਦੀ ਵਰਤੋਂ ਕਰ ਸਕਦੇ ਹੋ। ਇਸ ਟਿਊਟੋਰੀਅਲ ਵਿੱਚ ਅਸੀਂ ਠੀਕ URL ਪਾਥਸ ਬਣਾਉਣ ਦੀ ਪ੍ਰਕਿਰਿਆ ਦੇ ਬਾਰੇ ਵਿੱਚ ਗੱਲ ਕਰਾਂਗੇ। ਐਂਡਪੁਆਇੰਟਸ ਅਤੇ ਏਲੀਅਸਿਸ ਐਂਡਪੁਆਇੰਟਸ URL ਪਾਥਸ ਹਨ ਜੋ ਵਿਸ਼ੇਸ਼ ਕੰਟੈਂਟ ਦਿਖਾਉਂਦੀਆਂ ਹਨ। ਡਿਫਾਲਟ ਰੂਪ ਵੱਲੋਂ ਡਰੂਪਲ ਵਿੱਚ ਨੋਡ ਦਾ ਐਂਡਪੁਆਇੰਟ ਨੋਡ / ਨੋਡ ID ਹੈ। ਇਸ ਨੂੰ ਸਰਵਰ ਉੱਤੇ ਭੇਜਣ ਨਾਲ ਨੋਡ ਦੇ ਕੰਟੈਂਟਸ ਨੂੰ ਦਿਖਾਵੇਗਾ। ID ਵਿੱਚ ਇੱਕ ਗਿਣਤੀ ਮਨੁੱਖ ਦੇ ਪੜਨ ਲਾਇਕ ਨਹੀਂ ਹੈ, ਅਰਥਾਤ ਅਸੀਂ ਆਸਾਨੀ ਨਾਲ ਨੋਡ /278162 ਦੇ ਨਾਲ ਵਿਸ਼ੇਸ਼ ਕੰਟੈਂਟ ਨੂੰ ਸੰਗਠਿਤ ਨਹੀਂ ਕਰ ਸਕਦੇ। ਇੱਕ ਏਲੀਅਸ ਬਣਾਉਣ ਨਾਲ ਮਨੁੱਖ ਦੇ ਪੜਨ ਲਾਇਕ ਐਂਡ ਪੁਆਇੰਟ ਉਪਲਬਧ ਹੈ। ਏਲੀਅਸ ਉਸੇ ਕੰਟੈਂਟ ਲਈ ਇੱਕ ਵਿਕਲਪਿਕ URL ਪਾਥ ਹੈ। ਅਸੀਂ ਉਸੇ ਕੰਟੈਂਟ ਨੂੰ ਦਿਖਾਉਣ ਲਈ ਜਾਂ ਤਾਂ ਮੂਲ ਜਾਂ ਕਈ ਏਲੀਅਸਿਸ ਵਿੱਚੋਂ ਇੱਕ ਚੁਣ ਸਕਦੇ ਹਾਂ। ਉਦਾਹਰਣ ਦੇ ਲਈ ਨੋਡ /278162 ਅਤੇ ਕੰਟੈਂਟ /ਡਰੂਪਲ ਕੈਂਪ ਮੁੰਬਈ 2015 ਦੋਨੋਂ ਸਮਾਨ ਕੰਟੈਂਟ ਦਿਖਾਉਂਦੇ ਹਨ, ਦੂਜਾ ਯਾਦ ਰੱਖਣ ਲਈ ਆਸਾਨ ਹੈ। ਹੁਣ URL ਪੈਟਰਨ ਬਣਾਉਂਦੇ ਹਾਂ ਜੋ ਸਾਡੇ ਕੋਲ ਉਪਲਬਧ ਸਾਰੇ ਕੰਟੈਂਟਸ ਉੱਤੇ ਲਾਗੂ ਹੋਵੇਗਾ। URL ਪਾਥਸ ਸੈੱਟ ਕਰਨ ਲਈ 3 ਮੋਡਿਊਲਸ ਚਾਹੀਦੇ ਹਨ। ਉਹ 3 ਮੋਡਿਊਲਸ ਪਾਥ ਆਟੋ, ਟੋਕਨ ਅਤੇ ਸੀ ਟੂਲਸ ਹਨ। ਕਿਰਪਾ ਕਰਕੇ ਅੱਗੇ ਵਧੋ ਅਤੇ ਆਪਣੀ ਮਸ਼ੀਨ ਵਿੱਚ ਪਾਥ ਆਟੋ ਇੰਸਟਾਲ ਕਰੋ। ਪਾਥ ਆਟੋ ਪ੍ਰੋਜੈਕਟ ਪੇਜ ਉੱਤੇ ਵਾਪਸ ਆਓ। ਤੁਸੀਂ ਵੇਖੋਗੇ ਕਿ ਪਾਥ ਆਟੋ ਨੂੰ ਟੋਕਨ ਅਤੇ ਸੀ ਟੂਲਸ ਦੀ ਲੋੜ ਹੈ। ਟੋਕਨ ਅਤੇ ਸੀ ਟੂਲਸ ਇੰਸਟਾਲ ਕਰੋ। ਇਹਨਾਂ ਮੋਡਿਊਲਸ ਨੂੰ ਇੰਸਟਾਲ ਕਰਨ ਤੋਂ ਬਾਅਦ ਆਨ ਕਰੋ। ਇਸ ਨੂੰ ਇੱਕ ਵਾਰ ਕਰਨ ਤੋਂ ਬਾਅਦ ਅਸੀਂ ਅੱਗੇ ਵਧਣ ਲਈ ਤਿਆਰ ਹਾਂ। ਇੱਥੇ ਹੇਠਾਂ ਸੱਜੇ ਵੱਲ ਕਨਫਿਗਰੇਸ਼ਨ ਉੱਤੇ ਕਲਿੱਕ ਕਰੋ। ਸਰਚ ਐਂਡ ਮੈਟਾ ਡੇਟਾ ਸੈਕਸ਼ਨ ਵਿੱਚ ਤੁਸੀਂ URL ਏਲੀਅਸਿਸ ਵੇਖੋਗੇ। ਡਿਫਾਲਟ ਰੂਪ ਵੱਲੋਂ ਇੱਥੇ ਕੋਈ ਵੀ URL ਏਲੀਅਸਿਸ ਉਪਲਬਧ ਨਹੀਂ ਹੈ। ਪੈਟਰਨਸ ਟੈਬ ਉੱਤੇ ਕਲਿੱਕ ਕਰੋ। ਐਡ ਪਾਥ ਆਟੋ ਪੈਟਰਨ ਬਟਨ ਉੱਤੇ ਕਲਿੱਕ ਕਰੋ। ਪੈਟਰਨ ਟਾਈਪ ਡ੍ਰੌਪ ਡਾਊਨ ਉੱਤੇ ਕਲਿੱਕ ਕਰੋ। ਇੱਥੇ ਅਸੀਂ ਫੋਰਮ, ਕੰਟੈਂਟ, ਟੈਕਸੋਨੋਮੀ ਟਰਮ ਅਤੇ ਯੂਜ਼ਰ ਲਈ ਪਿੰਨ ਪੈਟਰਨ ਬਣਾ ਸਕਦੇ ਹਾਂ। ਉਦਾਹਰਨ ਲਈ ਮੈਂ ਕੰਟੈਂਟ ਚੁਣਾਂਗਾ। ਪਾਥ ਪੈਟਰਨ ਫੀਲਡ ਵਿੱਚ ਸਾਨੂੰ ਪੈਟਰਨ ਟੈਂਪਲੇਟ ਪ੍ਰਦਾਨ ਕਰਨੇ ਹੋਣਗੇ। ਟੈਂਪਲੇਟ ਵੇਰੀਏਬਲਸ ਨੂੰ ਟੋਕਨਸ ਕਹਿੰਦੇ ਹਨ। ਉਹ ਹਰ ਇੱਕ ਐਂਟੀਟੀ ਲਈ ਤੇਜ਼ੀ ਨਾਲ ਬਣਦੇ ਹਨ। ਟੋਕਨ ਮੋਡਿਊਲ ਇਸ ਵੇਰੀਏਬਲਸ ਨੂੰ ਪ੍ਰਦਾਨ ਕਰਦਾ ਹੈ। ਜਦੋਂ ਤੁਸੀਂ ਕਿਸੇ ਇਨਪੁਟ ਫਾਰਮ ਵਿੱਚ ਬ੍ਰਾਊਜ਼ ਅਵੇਲੇਬਲ ਟੋਕਨਸ ਨੂੰ ਵੇਖਦੇ ਹੋ ਤਾਂ ਤੁਸੀਂ ਪੂਰਵ ਨਿਰਧਾਰਿਤ ਟੋਕਨਸ ਇਨਸਰਟ ਕਰ ਸਕਦੇ ਹੋ। ਪਾਥ ਪੈਟਰਨ ਬਾਕਸ ਉੱਤੇ ਕਲਿੱਕ ਕਰੋ ਜਿੱਥੇ ਤੁਸੀਂ ਟੋਕਨ ਇਨਸਰਟ ਕਰਨਾ ਚਾਹੁੰਦੇ ਹੋ। ਟਾਈਪ ਕਰੋ ਕੰਟੈਂਟ /, ਫਿਰ ਬ੍ਰਾਊਜ਼ ਅਵੇਲੇਬਲ ਟੋਕਨਸ ਲਿੰਕ ਉੱਤੇ ਕਲਿੱਕ ਕਰੋ। ਅਵੇਲੇਬਲ ਟੋਕਨਸ ਦਿਖਾਉਣ ਦੇ ਲਈ ਇੱਕ ਪੌਪਅਪ ਵਿੰਡੋ ਖੁੱਲ੍ਹਦਾ ਹੈ। ਮੰਨ ਲਓ ਕਿ ਸਾਨੂੰ ਇਸ ਤਰ੍ਹਾਂ ਦਾ ਪੈਟਰਨ ਚਾਹੀਦਾ ਹੈ, ਕੰਟੈਂਟ / ਟਾਈਟਲ ਆਫ ਦਾ ਪੇਜ, ਤਾਂ ਪੇਜ ਦੇ ਟਾਈਟਲ ਲਈ ਟੋਕਨ ਨੋਡਸ ਸੈਕਸ਼ਨ ਵਿੱਚ ਹੈ। ਨੋਡਸ ਸੈਕਸ਼ਨ ਦੇ ਸੱਜੇ ਐਰੋ ਬਟਨ ਉੱਤੇ ਕਲਿੱਕ ਕਰੋ। ਟੋਕਨ ਨੋਡ ਟਾਈਟਲ ਚੁਣੋ ਜੋ ਪੇਜ ਦੇ ਟਾਈਟਲ ਦੁਆਰਾ ਬਦਲਿਆ ਗਿਆ ਹੈ। ਇਹ ਫਾਰਮ ਬਾਕਸ ਵਿੱਚ ਕਰਸਰ ਦੀ ਲੋਕੇਸ਼ਨ ਉੱਤੇ ਨੋਡ ਟਾਈਟਲ ਇਨਸਰਟ ਕਰੇਗਾ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਬਾਕਸ ਉੱਤੇ ਕਲਿੱਕ ਕਰਨਾ ਯਕੀਨੀ ਕਰੋ ਅਤੇ ਲੋੜ ਮੁਤਾਬਿਕ ਕਰਸਰ ਨੂੰ ਰੱਖੋ। ਟੋਕਨ ਨੂੰ ਫਿਰ ਤੋਂ ਚੁਣੋ। ਕੰਟੈਂਟ ਟਾਈਪ ਵਿੱਚ ਅਸੀਂ ਉਸ ਐਂਟੀਟੀ ਟਾਈਪ ਨੂੰ ਚੁਣ ਸਕਦੇ ਹਾਂ ਜਿਸ ਉੱਤੇ ਇਹ ਪੈਟਰਨ ਲਾਗੂ ਹੋਣਾ ਚਾਹੀਦਾ ਹੈ। ਸਾਰੇ ਟਾਈਪਸ ਨੂੰ ਚੁਣੋ ਤਾਂ ਕਿ ਇਹ ਪੈਟਰਨ ਉਹਨਾਂ ਸਾਰਿਆਂ ਲਈ ਡਿਫਾਲਟ ਹੋ ਜਾਵੇ।
ਇਹ ਸੈਟਿੰਗਸ ਵਿਸ਼ੇਸ਼ ਟਾਈਪ ਲਈ ਓਵਰਰਾਈਡ ਕੀਤੀ ਜਾ ਸਕਦੀ ਹੈ। ਉਦਾਹਰਣ ਦੇ ਲਈ ਅਸੀਂ ਯੂਜ਼ਰ ਗਰੁੱਪ /node_title ਬਣਾ ਸਕਦੇ ਹਾਂ ਅਤੇ ਇਸ ਨੂੰ ਕੇਵਲ ਯੂਜ਼ਰ ਗਰੁੱਪ ਲਈ ਲਾਗੂ ਕਰ ਸਕਦੇ ਹਾਂ। ਲੇਬਲ ਫੀਲਡ ਵਿੱਚ ਟਾਈਪ ਕਰੋ ਕੰਟੈਂਟ ਟਾਈਟਲ, ਫਿਰ ਸੇਵ ਬਟਨ ਉੱਤੇ ਕਲਿੱਕ ਕਰੋ। ਇੱਥੇ ਅਸੀਂ ਨਵਾਂ ਪੈਟਰਨ ਜਾਣ ਸਕਦੇ ਹਾਂ ਜਿਸ ਨੂੰ ਅਸੀਂ ਹੁਣੇ ਬਣਾਇਆ। ਇਹ ਪੈਟਰਨ ਜੋੜੇ ਗਏ ਸਾਰੇ ਨਵੇਂ ਕੰਟੈਂਟਸ ਲਈ URL aliases ਬਣਾਉਣ ਲਈ ਲਾਗੂ ਕੀਤਾ ਜਾਵੇਗਾ, ਲੇਕਿਨ ਇਹ ਮੌਜੂਦਾ ਕੰਟੈਂਟਸ ਲਈ URL aliases ਨਹੀਂ ਬਣਾਵੇਗਾ। ਮੌਜੂਦਾ ਕੰਟੈਂਟਸ ਵਿੱਚ ਇਸ ਨੂੰ ਲਾਗੂ ਕਰਨ ਲਈ ਬਲਕ ਜਨਰੇਟ ਟੈਬ ਉੱਤੇ ਕਲਿੱਕ ਕਰੋ, ਕੰਟੈਂਟ ਟਾਈਪ ਚੁਣੋ ਅਤੇ ਅਪਡੇਟ ਬਟਨ ਉੱਤੇ ਕਲਿੱਕ ਕਰੋ। ਇਸ ਨੇ URL aliases ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਮੌਜੂਦਾ ਕੰਟੈਂਟਸ ਦੀ ਗਿਣਤੀ ਦੇ ਆਧਾਰ ਉੱਤੇ ਸਮਾਂ ਲੈ ਸਕਦਾ ਹੈ। ਲਿਸਟ ਟੈਬ ਉੱਤੇ ਕਲਿੱਕ ਕਰੋ, ਅਸੀਂ ਆਪਣੇ ਕੰਟੈਂਟਸ URL aliases ਲਈ ਵੇਖ ਸਕਦੇ ਹਾਂ। ਸਾਈਟ ਉੱਤੇ ਹਰ ਇੱਕ ਨੋਡ ਵਿੱਚ /node/node_id ਦਾ ਸਿਸਟਮ ਪਾਥ ਹੈ। ਨਵਾਂ ਨਿਰਮਿਤ URL alias ਇੱਥੇ ਪਹਿਲੇ alias ਕਾਲਮ ਵਿੱਚ ਹੈ। ਅਸੀਂ ਵੇਖ ਸਕਦੇ ਹਾਂ ਕਿ ਸਾਰੇ aliases ਸਮਾਨ ਪੈਟਰਨ ਦੀ ਨਕਲ ਕਰਦੇ ਹਨ। ਤੁਹਾਨੂੰ ਅਜਿਹਾ ਹਰ ਵਾਰ ਨਵੇਂ ਕੰਟੈਂਟ ਟਾਈਪ ਬਣਾਉਂਦੇ ਸਮੇਂ ਕਰਨਾ ਹੋਵੇਗਾ। ਪੈਟਰਨਸ ਬਣਾਉਣ ਲਈ ਹੇਠਾਂ ਦਿੱਤੇ ਨਿਯਮ ਦੀ ਵਰਤੋਂ ਕਰੋ। ਲੋਅਰ ਕੇਸ ਸ਼ਬਦਾਂ ਦੀ ਵਰਤੋਂ ਕਰੋ, ਸ਼ਬਦਾਂ ਦੇ ਵਿਚਕਾਰ ਸਪੇਸ ਨਾ ਦਿਓ। ਸ਼ਬਦਾਂ ਨੂੰ ਹਾਈਫਨ ਨਾਲ ਵੱਖ ਵੱਖ ਕਰੋ ਅਤੇ ਅੰਡਰਸਕੋਰ ਦੇ ਨਾਲ ਨਹੀਂ। ਸਰਚ ਇੰਜਨ ਆਪਟੀਮਾਈਜੇਸ਼ਨ SEO ਲਈ ਮਨੁੱਖ ਦੇ ਪੜਨ ਲਾਇਕ ਅਰਥਪੂਰਨ ਸ਼ਬਦਾਂ ਦੀ ਵਰਤੋਂ ਕਰੋ। ਸਮੇਂ ਦੁਆਰਾ ਕੰਟੈਂਟਸ ਨੂੰ ਵਰਗੀਕ੍ਰਿਤ ਕਰਨ ਲਈ ਡੇਟ ਟੋਕਨਸ ਦੀ ਵਰਤੋਂ ਕਰੋ। ਇੱਥੇ ਸੈਟਿੰਗਸ ਟੈਬ ਵਿੱਚ URL alias ਪੈਟਰਨ ਨੂੰ ਕੰਟਰੋਲ ਕਰਨ ਲਈ ਜ਼ਿਆਦਾ ਆਪਸ਼ਨਸ ਉਪਲਬਧ ਹਨ। ਇੱਥੇ ਅਸੀਂ ਡਿਫਾਲਟ, ਸੈਪਰੇਟਰ, ਲੈਂਥ ਆਦਿ ਵੇਖ ਸਕਦੇ ਹਾਂ। ਅਸੀਂ ਇਹ ਵੀ ਵੇਖ ਸਕਦੇ ਹਾਂ ਕਿ ਡਿਫਾਲਟ ਰੂਪ ਵੱਲੋਂ ਕਈ ਇੱਕੋ ਜਿਹੇ ਸ਼ਬਦਾਂ ਨੂੰ ਪੈਟਰਨ ਵਿੱਚੋਂ ਹਟਾਇਆ ਗਿਆ ਹੈ। ਇਹ ਐਂਡ ਪੁਆਇੰਟਸ ਨੂੰ ਸੰਖਿਪਤ ਅਤੇ ਅਰਥਪੂਰਨ ਬਣਾਏ ਰੱਖਦਾ ਹੈ। ਸੰਖੇਪ ਵਿੱਚ ਪਾਥ ਆਟੋ ਅਤੇ ਟੋਕਨ ਮੋਡਿਊਲਸ ਸਾਨੂੰ ਕਿਸੇ ਵੀ ਸਮੇਂ URL ਪੈਟਰਨਸ, ਡਿਲੀਟ aliases ਅਤੇ ਬਲਕ ਜਨਰੇਟ aliases ਸੈੱਟ ਕਰਨ ਦੀ ਆਗਿਆ ਦਿੰਦੇ ਹਨ। ਹੁਣ ਤੋਂ ਇੱਕ ਨਵਾਂ ਨੋਡ ਸਾਡੇ ਦੁਆਰਾ ਬਣਾਏ ਗਏ ਪੈਟਰਨਸ ਦੀ ਵਰਤੋਂ ਕਰੇਗਾ। ਹੁਣ ਅਸੀਂ ਮੈਨਿਊਸ ਦੇ ਬਾਰੇ ਵਿੱਚ ਗੱਲ ਕਰਾਂਗੇ। ਅਸੀਂ ਇੱਕ ਰੈਂਡਮ ਕ੍ਰਮ ਵਿੱਚ ਸਾਡੀ ਸਾਈਟ ਲਈ ਜ਼ਿਆਦਾਤਰ ਵਿਊਜ਼ ਅਤੇ ਬੇਸਿਕ ਪੇਜ ਉੱਤੇ ਆਧਾਰਿਤ ਮੈਨਿਊਸ ਜੋੜ ਦਿੱਤੇ ਹਨ। ਹੁਣ ਵੇਖਦੇ ਹਾਂ ਕਿ ਅਸੀਂ ਮੈਨਿਊ ਸਿਸਟਮ ਕਿਵੇਂ ਬਦਲ ਸਕਦੇ ਹਾਂ। ਸਟਰਕਚਰ ਉੱਤੇ ਜਾਓ, ਹੇਠਾਂ ਸਕਰੋਲ ਕਰੋ ਅਤੇ ਮੈਨਿਊਜ਼ ਉੱਤੇ ਕਲਿੱਕ ਕਰੋ। ਸਾਡੇ ਕੋਲ ਇੱਥੇ ਕਈ ਪਿੰਨ ਮੈਨਿਊਜ਼ ਹਨ ਜੋ ਡਿਫਾਲਟ ਰੂਪ ਵੱਲੋਂ ਡਰੁਪਲ ਵਿੱਚ ਹਨ। ਸਾਡੇ ਕੋਲ 6 ਮੈਨਿਊਜ਼ ਹਨ। ਸਾਨੂੰ ਮੇਨ ਨੈਵੀਗੇਸ਼ਨ ਮੈਨਿਊ ਵਿੱਚ ਰੁਚੀ ਹੈ, ਸੋ ਐਡਿਟ ਮੈਨਿਊ ਉੱਤੇ ਕਲਿੱਕ ਕਰੋ। ਇੱਥੇ ਅਸੀਂ ਆਪਣੇ ਮੈਨਿਊ ਲਿੰਕਸ ਨੂੰ ਕਲਿੱਕ ਅਤੇ ਡਰੈਗ ਅਤੇ ਕ੍ਰਮ ਬਦਲਣ ਵਿੱਚ ਸਮਰੱਥਵਾਨ ਹੋਵਾਂਗੇ। ਹੋਮ ਅਤੇ ਅਪਕਮਿੰਗ ਇਵੈਂਟਸ ਨੂੰ ਉੱਤੇ ਡਰੈਗ ਕਰੋ। ਤੁਸੀਂ ਆਪਣੇ ਅਨੁਸਾਰ ਇਹਨਾਂ ਦਾ ਕ੍ਰਮ ਬਦਲ ਸਕਦੇ ਹੋ। ਇਸ ਦੇ ਬਾਅਦ ਸੇਵ ਉੱਤੇ ਕਲਿੱਕ ਕਰੋ। ਹੁਣ ਸਾਨੂੰ ਇਵੈਂਟਸ ਅਤੇ ਅਪਕਮਿੰਗ ਇਵੈਂਟਸ ਪ੍ਰਾਪਤ ਹੋਇਆ। ਇਵੈਂਟਸ ਨੂੰ ਕਲਿੱਕ ਕਰੋ ਅਤੇ ਉੱਤੇ ਡਰੈਗ ਕਰੀਏ ਅਤੇ ਫਿਰ ਅਪਕਮਿੰਗ ਇਵੈਂਟਸ ਨੂੰ ਸੱਜੇ ਵੱਲ ਡਰੈਗ ਕਰੋ। ਇਹ ਸਬ ਮੈਨਿਊ ਬਣਾਏਗਾ। ਇਹ ਕਾਫੀ ਆਸਾਨ ਹੈ। ਸੇਵ ਉੱਤੇ ਕਲਿੱਕ ਕਰੋ ਅਤੇ ਆਪਣੇ ਫਰੰਟ ਪੇਜ ਉੱਤੇ ਨਜ਼ਰ ਪਾਓ। ਧਿਆਨ ਦਿਓ ਕਿ ਸਾਨੂੰ ਸਾਡੇ 4 ਮੈਨਿਊ ਮਿਲ ਗਏ ਹਨ। ਸਾਡਾ ਇਵੈਂਟ ਸਬ ਮੈਨਿਊ ਕਿੱਥੇ ਗਿਆ? ਕਿਰਪਾ ਕਰਕੇ ਧਿਆਨ ਦਿਓ ਕਿ ਡਰੁਪਲ ਵਿੱਚ ਸਾਰੇ ਥੀਮਸ ਸਬ ਮੈਨਿਊ ਜਾਂ ਡ੍ਰੌਪ ਡਾਊਨ ਮੈਨਿਊ ਨੂੰ ਸਪੋਰਟ ਨਹੀਂ ਕਰਦੇ ਹਨ। ਬਾਰਟਿਕ ਥੀਮ ਇਹਨਾਂ ਵਿੱਚੋਂ ਇੱਕ ਹੈ। ਹੁਣ ਲਈ ਸਟਰਕਚਰ ਮੈਨਿਊਜ਼ ਉੱਤੇ ਜਾਓ ਅਤੇ ਮੇਨ ਮੈਨਿਊ ਨੂੰ ਐਡਿਟ ਕਰੋ। ਅਪਕਮਿੰਗ ਇਵੈਂਟ ਨੂੰ ਫਿਰ ਤੋਂ ਇੱਥੇ ਉੱਤੇ ਡਰੈਗ ਕਰੋ ਅਤੇ ਸੇਵ ਉੱਤੇ ਕਲਿੱਕ ਕਰੋ। ਕੀ ਜੇਕਰ ਸਾਨੂੰ ਆਪਣੀ ਸਾਈਟ ਦੇ ਵਿਸ਼ੇਸ਼ ਸੈਕਸ਼ਨ ਲਈ ਜਾਂ ਵਿਸ਼ੇਸ਼ ਨੋਡ ਲਈ ਲਿੰਕ ਚਾਹੀਦਾ ਹੈ? ਉਦਾਹਰਣ ਦੇ ਲਈ, ਜੇਕਰ ਮੈਨਿਊ ਮੇਰੇ ਫੋਰਮਸ ਦੇ ਲਈ ਇੱਕ ਮੈਨਿਊ ਲਿੰਕ ਚਾਹੀਦਾ ਹੈ ਤਾਂ ਮੈਂ ਸਾਈਟ ਉੱਤੇ ਵਾਪਸ ਜਾਵਾਂਗਾ। ਫੋਰਮਸ ਪੇਜ ਉੱਤੇ ਜਾਓ, ਅਸਲੀ URL ਨੂੰ ਕਾਪੀ ਕਰੋ ਜੋ /forum ਹੈ।
ਫਿਰ ਵਾਪਸ ਆਓ ਅਤੇ ਐਡਿਟ ਮੈਨੂ ਅਤੇ ਫਿਰ ਐਡ ਲਿੰਕ ਉੱਤੇ ਕਲਿੱਕ ਕਰੋ। ਇਸ ਨੂੰ ਫੋਰਮ ਨਾਮਕ ਟਾਈਟਲ ਦਿਓ ਅਤੇ ਕਾਪੀ ਕੀਤੇ ਗਏ ਲਿੰਕ ਨੂੰ ਪੇਸਟ ਕਰੋ। ਜੇਕਰ ਤੁਸੀਂ ਵਿਸ਼ੇਸ਼ ਕੰਟੈਂਟ ਦਾ ਭਾਗ ਵੇਖ ਰਹੇ ਹੋ ਤਾਂ ਐਫ ਜਾਂ ਜੀ ਟਾਈਪ ਕਰੋ। ਇਸ ਅੱਖਰ ਨਾਲ ਸ਼ੁਰੂ ਹੋਣ ਵਾਲੇ ਸਾਰੇ ਨੋਡਸ ਦਿਖਾਈ ਦੇਣਗੇ। ਉਦਾਹਰਣ ਦੇ ਲਈ ਜੇਕਰ ਅਸੀਂ ਏ ਟਾਈਪ ਕਰਦੇ ਹਾਂ ਤਾਂ ਸਾਰੇ ਨੋਡਸ ਜਿਨ੍ਹਾਂ ਦਾ ਟਾਈਟਲ ਏ ਹੈ ਵਿਖਾਈ ਦੇਣਗੇ। ਅਸੀਂ ਇੱਕ ਚੁਣਾਂਗੇ ਜਿਸ ਨੂੰ ਅਸੀਂ ਵੇਖ ਰਹੇ ਸੀ ਅਤੇ ਇਹ ਸਾਨੂੰ ਦੱਸੇਗਾ ਕਿ ਇਹ ਨੋਡ ਆਈਡੀ ਨੰਬਰ 1 ਹੈ। ਜੇਕਰ ਅਸੀਂ ਇੱਕ ਇੰਟਰਨਲ ਪਾਥ ਚਾਹੁੰਦੇ ਹਾਂ ਜਿਵੇਂ ਕਿ ਨੋਡ ਨੂੰ ਜੋੜਨ ਦੀ ਸਮਰੱਥਾ, ਫਿਰ ਇਹ ਸਲੈਸ਼ ਨੋਡ ਸਲੈਸ਼ ਐਡ ਹੋਵੇਗਾ। ਜੇਕਰ ਅਸੀਂ ਇਸ ਨੂੰ ਹੋਮ ਪੇਜ ਉੱਤੇ ਲਿੰਕ ਕਰਨਾ ਚਾਹੁੰਦੇ ਹਾਂ ਤਾਂ ਇਹ ਫਰੰਟ ਹੋਵੇਗਾ, ਲੇਕਿਨ ਅਸੀਂ ਇੱਥੇ ਸਲੈਸ਼ ਫੋਰਮ ਚਾਹੁੰਦੇ ਹਾਂ ਜੋ ਕਿ ਫੋਰਮ ਦਾ ਲਿੰਕ ਹੈ। ਸੇਵ ਉੱਤੇ ਕਲਿੱਕ ਕਰੋ ਅਤੇ ਹੁਣ ਸਾਡੇ ਕੋਲ ਫੋਰਮ ਦਾ ਲਿੰਕ ਹੈ। ਸੇਵ ਉੱਤੇ ਕਲਿੱਕ ਕਰੋ, ਦੁਬਾਰਾ ਜਾਂਚੋ ਕਿ ਉਹ ਕਾਰਜ ਕਰ ਰਿਹਾ ਹੈ। ਸੋ ਇਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਸ ਉੱਤੇ ਕਾਰਜ ਕਰੋ। ਸਾਡੇ ਮੈਨਿਊ ਸਿਸਟਮ ਵਿੱਚ ਕੰਟੈਂਟ ਟਾਈਪ ਜਾਂ ਵਿਊ ਲਈ ਮੈਨਿਊ ਆਈਟਮ ਬਣਾਉਣ ਲਈ ਇਹ ਆਸਾਨ ਹੋਵੇਗਾ। ਇਸ ਦੇ ਨਾਲ ਅਸੀਂ ਟਿਊਟੋਰੀਅਲ ਦੇ ਅੰਤ ਵਿੱਚ ਪਹੁੰਚ ਗਏ ਹਾਂ। ਸੰਖੇਪ ਵਿੱਚ, ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਿਆ URL ਪੈਟਰਨਸ ਸੈਟਿੰਗ ਕਰਨਾ, ਮੈਨਿਊ ਮੈਨੇਜਮੈਂਟ, ਇਹ ਵੀਡੀਓ ਐਕੁਆ ਅਤੇ OS ਟ੍ਰੇਨਿੰਗ ਵੱਲੋਂ ਲਿਆ ਗਿਆ ਹੈ ਅਤੇ ਸਪੋਕਨ ਟਿਊਟੋਰੀਅਲ ਪ੍ਰੋਜੈਕਟ IIT ਬੰਬੇ ਦੁਆਰਾ ਸੰਸ਼ੋਧਿਤ ਕੀਤਾ ਗਿਆ ਹੈ। ਇਸ ਲਿੰਕ ਉੱਤੇ ਉਪਲਬਧ ਵੀਡੀਓ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕਿਰਪਾ ਕਰਕੇ ਇਸ ਨੂੰ ਡਾਊਨਲੋਡ ਕਰੋ ਅਤੇ ਵੇਖੋ। ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਪ੍ਰਮਾਣ ਪੱਤਰ ਦਿੰਦੀ ਹੈ। ਜ਼ਿਆਦਾ ਜਾਣਕਾਰੀ ਦੇ ਲਈ ਸਾਨੂੰ ਲਿਖੋ। ਸਪੋਕਨ ਟਿਊਟੋਰੀਅਲ ਪ੍ਰੋਜੈਕਟ NMEICT ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਅਤੇ NVLI ਸੱਭਿਆਚਾਰਕ ਮੰਤਰਾਲਾ ਭਾਰਤ ਸਰਕਾਰ ਦੁਆਰਾ ਫੰਡ ਕੀਤਾ ਗਿਆ ਹੈ। ਇਹ ਸਕ੍ਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ IIT ਬੰਬੇ ਤੋਂ। ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ।